ਧਰਤੀ ਦੇ ਉੱਤੇ ਬਹੁਤ ਸਾਰੀਆਂ ਇਹ ਜਿਹੀਆਂ ਜਗ੍ਹਾ ਬਣੀਆਂ ਹੋਈਆਂ ਨੇ ਜਿੱਥੇ ਜਿਹੜਾ ਜਿਹੜੀਆਂ ਨਦੀਆਂ ਨੇ ਜਾਂ ਜਿਹੜੇ ਦਰਿਆ ਨੇ ਉਹ ਧਰਤੀ ਦੇ ਥੱਲੇ ਹੀ ਫਲੋ ਕਰਦੇ ਆ। ਸੋ ਇਦਾਂ ਦੀ ਹੀ ਜਿਹੜੀ ਜਗ੍ਹਾ ਹੈ ਉਹ ਬਣੀ ਹੋਈ ਹੈ ਜੀ ਜੈਸਪਰ ਨੈਸ਼ਨਲ ਪਾਰਕ ਦੇ ਵਿੱਚ। ਇੱਥੇ ਹੈ ਕਿ ਜਿਹੜੀ ਮਲੀਨ ਲੇਕ ਹੈ, ਇੱਕ ਜਿਹੜੀ ਕੈਨੇਡੀਅਨ ਰੌਕੀਜ਼ ਦੀ ਸਭ ਤੋਂ ਵੱਡੀ ਲੇਕ ਹੈ, ਨੈਚੁਰਲ ਲੇਕ, 22 ਕਿਲੋਮੀਟਰ ਲੰਬੀ ਲੇਕ ਹੈ ਜੀ ਇਹ। ਅਤੇ ਉੱਥੋਂ ਜਿਹੜਾ ਪਾਣੀ ਹੈ ਉਹ ਪਾਣੀ ਸ਼ੁਰੂ ਹੁੰਦਾ ਹੈ ਅਤੇ ਮਲੀਨ ਰਿਵਰ ਦੇ ਰਾਹੀਂ ਹੁੰਦਾ ਹੋਇਆ ਪਹੁੰਚਦਾ ਹੈ ਮੈਡੀਸਨ ਲੇਕ ਦੇ ਵਿੱਚ। ਹੁਣ ਮੈਡੀਸਨ ਲੇਕ ਦੇ ਆ ਕੇ ਜਿਹੜੀ ਅਜੀਬ ਗੱਲ ਹੁੰਦੀ ਹੈ ਕਿ ਜੇ ਆਪਾਂ ਗਰਮੀਆਂ ਦੇ ਵਿੱਚ ਦੇਖੀਏ ਨਾ, ਪਾਣੀ ਆਉਂਦਾ ਤਾਂ ਹੈਗਾ ਮੈਡੀਸਨ ਲੇਕ 'ਚ, ਪਰ ਉਹ ਪਾਣੀ ਅੱਗੇ ਕਿਤੇ ਜਾਂਦਾ ਨਹੀਂ, ਉਹ ਪਾਣੀ ਧਰਤੀ ਦੇ ਥੱਲੇ ਹੀ ਮੈਡੀਸਨ ਲੇਕ ਦੇ ਵਿੱਚ ਹੀ ਜਿਵੇਂ ਗਾਇਬ ਹੋ ਜਾਂਦਾ। ਅਤੇ ਉਹ ਫਿਰ ਮੁੜ ਕੇ 14 ਕਿਲੋਮੀਟਰ ਬਾਅਦ ਜਾ ਕੇ ਜਿਹੜਾ ਮਲੀਨ ਕੈਨੀਅਨ ਹੈ ਉੱਥੇ ਆ ਕੇ ਪਾਣੀ ਨਿਕਲਦਾ। ਹੁਣ ਉਹ ਹੈ ਕਿ ਜਿਹੜਾ ਇੱਕ ਕੇਵ ਸਿਸਟਮ ਬਣਿਆ ਹੋਇਆ ਧਰਤੀ ਦੇ ਥੱਲੇ ਜਿਹਦੇ ਥਰੂ ਪਾਣੀ ਘੁੰਮਦਾ ਘੁੰਮਾਉਂਦਾ ਉਹ ਪਾਣੀ ਫਿਰ ਜਿਹੜਾ ਹੈਗਾ ਕੈਨੀਅਨ 'ਚ ਪਹੁੰਚਦਾ। ਜੇ ਆਪਾਂ ਗੂਗਲ ਦੇ ਮੈਪ ਦੇ ਉੱਤੇ ਵੀ ਦੇਖੀਏ ਜਿਹੜਾ ਇਹ ਮਲੀਨ ਕੈਨੀਅਨ ਹੈ ਇਹਦਾ ਪਾਣੀ ਕਿੱਥੋਂ ਸ਼ੁਰੂ ਹੋ ਰਿਹਾ ਉਹ ਉੱਥੇ ਵੀ ਸ਼ੋਅ ਨਹੀਂ ਹੁੰਦਾ, ਇੱਥੇ ਆ ਕੇ ਜਿਹੜਾ ਨਕਸ਼ਾ ਹੈ ਉਹ ਵੀ ਫੇਲ ਹੋ ਜਾਂਦਾ। ਦੂਜਾ ਜਿਵੇਂ ਹਾਲੇ ਵੀ ਨਾ ਉਹ ਕਹਿੰਦੇ ਬਹੁਤ ਸਾਰੇ ਇਹੋ ਜਿਹੇ ਜਿਵੇਂ ਪੁਆਇੰਟ ਹੈਗੇ ਆ ਜਾਂ ਸਪੋਟਸ ਹੈਗੇ ਆ ਜਿੱਥੇ ਜਿਹੜਾ ਪਾਣੀ ਰਿਸ ਰਿਹਾ ਅਤੇ ਉਹ ਪਾਣੀ ਜਿਹੜਾ ਆ ਕੇ ਕੈਨੀਅਨ ਦੇ ਵਿੱਚ ਐਂਟਰ ਕਰ ਰਿਹਾ। ਸੋ ਹੈਗਾ ਕੀ ਸੀ ਕਿ ਪਹਿਲਾਂ ਮਲੀਨ ਕੈਨੀਅਨ ਸੀਗਾ, ਜਦੋਂ ਉਹ ਖਾਰਦਾ ਗਿਆ ਧਰਤੀ ਨੂੰ ਤਾਂ ਥੱਲੇ ਜਿਹੜਾ ਇਹ ਕੇਵ ਸਿਸਟਮ ਸੀਗਾ ਉਹ ਐਕਸਪੋਜ਼ ਹੋ ਗਿਆ। ਸੋ ਉਹਨਾਂ ਦੋਨਾਂ ਨੂੰ ਮਿਲ ਕੇ ਇਹ ਫਿਰ ਇੱਕ ਵੱਡਾ ਜਿਹੜਾ ਕੈਨੀਅਨ ਹੈ ਉਹ ਬਣਿਆ, ਜਿਹੜਾ ਕਿ 50 ਮੀਟਰ ਜਾਂ ਕਹਿ ਲਈਏ ਆਪਾਂ 160 ਫੁੱਟ ਡੂੰਘਾ ਆ। ਅਤੇ ਇਹ ਕਿਹਾ ਜਾਂਦਾ ਕਿ ਦੁਨੀਆ ਦੇ ਵਿੱਚ ਸ਼ਾਇਦ ਇਹ ਇਕਲੌਤਾ ਹੀ ਇੱਦਾਂ ਦਾ ਕੇਵ ਸਿਸਟਮ ਹੈ ਜਿਹਦੇ ਵਿੱਚ ਇਨਸਾਨ ਦੀ ਪਹੁੰਚ ਨਹੀਂ ਹੋ ਸਕੀ ਹਜੇ ਤੱਕ। ਆਪਾਂ ਇੱਥੇ ਟੂਰ ਹੁੰਦਾ ਜੀ ਇੱਕ ਮਲੀਨ ਕੈਨੀਅਨ ਆਈਸ ਵਾਕ ਦਾ, ਆਪਾਂ ਉਹ ਕਰਦੇ ਹਾਂ ਅਤੇ ਇਹਨੂੰ ਅੰਦਰੋਂ ਜਾ ਕੇ ਵੀ ਦੇਖਦੇ ਹਾਂ। ਸੋ ਅੰਦਰ ਆ ਕੇ ਇੱਦਾਂ ਦੀ ਇਹ ਸ਼ੌਪ ਬਣੀ ਹੋਈ ਹੈ, ਇੱਕ ਪਾਸੇ ਇੱਧਰ ਕਿਚਨ ਆ, ਇਹਦੇ ਵਿੱਚ ਲੰਚ ਜਿਹੜਾ ਉਹ ਇਨਕਲੂਡਡ ਹੁੰਦਾ। ਆਪਣਾ ਟੂਰ ਬੁੱਕ ਕੀਤਾ ਹੋਇਆ ਆਪਾਂ 12 ਵਜੇ, ਸੋ ਪਹਿਲਾਂ ਇੱਥੇ ਇਹ ਲੰਚ ਕਰਾਉਣਗੇ, ਉਹ ਤੋਂ ਬਾਅਦ ਟੂਰ ਤੇ ਲੈ ਕੇ ਜਾਣਗੇ। ਟੇਬਲ ਕਹਿੰਦੇ ਬੁੱਕ ਆ ਆਪਣਾ, ਠੀਕ ਆ। ਅੱਛਾ ਉੱਧਰ ਕਾਰਨਰ ਦੇ ਉੱਤੇ, ਵੈਰੀ ਗੁੱਡ। ਥੋੜਾ ਬਹੁਤਾ ਫਿਰ ਕਰ ਲੈਂਦੇ, ਹੈਗਾ ਟਾਈਮ ਆਪਣੇ ਕੋਲ ਸਪੈਂਡ ਕਰਦੇ ਆ। ਕਿਵੇਂ ਸਿਰ ਜ਼ਿਆਦਾ ਵੱਡਾ ਹੋ ਗਿਆ ਕਿ ਹੈਲਮਟ ਜ਼ਿਆਦਾ ਵੱਡਾ ਹੋ ਗਿਆ? ਸਟਰਗਲ ਹੋ ਰਹੀ ਆ ਪੂਰੀ ਬਾਟ ਉਹਨਾਂ ਦੀ, ਸਨੋ ਪੈਂਟ ਪਾ ਲਈ, ਹੁਣ ਲੱਤ ਫੋਲਡ ਨਹੀਂ ਹੋ ਰਹੀ। ਇਹ ਤਾਂ ਬਹੁਤ ਔਖਾ ਕੰਮ ਹੈ ਬਾਈ, ਦੱਸਣਾ ਸਾਰਾ ਕੁਝ ਕੰਮ ਜਾਮਾ। ਉੱਪਰੋਂ ਦੀ ਕੱਢ ਵੀ ਉਹਨਾਂ ਨੇ ਬਾਹਰ ਦਿੱਤਾ, ਕਹਿੰਦੇ ਠੰਡ 'ਚ ਬਹਿ ਕੇ ਪਾ ਲਓ ਬਾਹਰ। ਉਹਦੇ ਅੰਦਰ ਆਇਆ ਨਾ ਫਰਸ਼ ਖਰਾਬ ਹੁੰਦਾ ਇਹਦੇ ਨਾਲ, ਮਿੱਠਾਈਆਂ ਨਾਲ ਪਰੋ, ਕਹਿੰਦੇ ਬਾਹਰ ਟੇਬਲ ਲੱਗੇ ਹੋਏ ਆ। ਇੱਥੇ ਬੈਠ ਕੇ ਕਰੋ ਖਾ ਕੇ ਧੜਾ ਧੜੀ ਦੇ ਬਰਗਰ, ਬੂਟ ਵੀ ਨਹੀਂ ਪੈ ਰਹੇ ਬਾਈ, ਢਿੱਡ ਨਹੀਂ ਮੁੜਦਾ ਕਹਿੰਦਾ, ਢਿੱਡ ਮੁੜਦਾ ਤਾਂ ਖਾਧਾ ਪੀਤਾ ਗਲੇ 'ਚ ਆਉਂਦਾ। Name is Jordan. This is Liam. We're both going to be your guides today. We have both been doing this for 2 winters now. We guide in the valley year round. So in the summertime, we're at the end of this road up at Maline Lake, if you've ever heard of it. We both drive boats and we guide up there. ਉਹ ਕਹਿੰਦੇ ਹੈਲਮਟ ਵਗੈਰਾ ਜਿਹੜਾ ਜਾਂ ਤੁਹਾਨੂੰ ਕਲੀਟਸ ਵਗੈਰਾ ਦਿੱਤੀਆਂ ਨੇ, ਇਹਦੀ ਜ਼ਿੰਮੇਵਾਰੀ ਤੁਹਾਡੀ ਆਪਦੀ ਹੈ। ਜੇ ਕਿਤੇ ਰਸਤੇ 'ਚ ਖੋਗੇ ਤਾਂ ਗਾਹਾਂ ਨਹੀਂ ਲੈ ਕੇ ਜਾਣਾ ਉਹਨਾਂ ਨੇ। Yeah, we should be going pretty far up today. Yeah, it's honestly looking really good down there, so you'll get to see hopefully everything you're expecting. Okay. We know it's at least connected to a large cave network, which is to at least the town of Jasper. Oh. So, ਕਾਫੀ ਲੰਬੀ ਕੇਵ ਹੈ ਫਿਰ ਤਾਂ। ਹਾਂ ਮੈਡੀਸਨ ਲੇਕ ਦੇ ਤੱਕ ਹੁੰਦੀ ਹੈ, ਜੇ ਕਿ ਤੁਹਾਨੂੰ ਤੱਕ ਜਾਂਦੀ ਹੈ। ਹਾਂ ਉਹ ਟੈਸਟ ਵਾਲਾ ਕੀ ਕਹਿ ਰਿਹਾ ਸੀਗਾ ਉਹ ਵੀ ਮੜਾ ਸੀਗਾ, ਉਹ ਕਹਿੰਦਾ ਜੀ ਮੈਂ ਡਾਈਟ ਟੈਸਟ ਕਰੀ ਸੀ ਸਾਇੰਟਿਸਟ ਨੇ ਵੀ ਦੇਖਣ ਵਾਸਤੇ ਵੀ ਕੇਵ ਸਿਸਟਮ ਕਨੈਕਟਡ ਹੈ ਕਿ ਨਹੀਂ ਕਨੈਕਟਡ। ਤਾਂ ਇੱਥੋਂ ਜਿਵੇਂ 14-15 ਕਿਲੋਮੀਟਰ ਤੇ ਨਾ ਮੈਡੀਸਨ ਲੇਕ ਹੈ, ਤਾਂ ਉਹ ਲੇਕ ਦੇ ਥੱਲਿਓਂ ਕੇਵ ਸਿਸਟਮ ਸ਼ੁਰੂ ਹੁੰਦਾ ਹੈ। ਜਦੋਂ ਗਰਮੀਆਂ ਦੇ ਵਿੱਚ ਕਹਿੰਦਾ ਜਿਹੜੀ ਆਪਣੀ ਮੈਡੀਸਨ ਲੇਕ ਹੈ ਵੀ ਉੱਥੋਂ ਜਦੋਂ ਡਾਈ ਪਾਈ ਸੀ ਤਾਂ ਉਹ ਜਿਵੇਂ 12-24 ਘੰਟੇ ਦੇ ਵਿੱਚ ਪਾਣੀ ਪਹੁੰਚ ਜਾਂਦਾ ਇੱਥੇ ਕੈਨੀਅਨ 'ਚ, ਪਰ ਜਦੋਂ ਵਿੰਟਰ ਵਿੱਚ ਪਾਣੀ ਦਾ ਫਲੋ ਘੱਟ ਜਾਂਦਾ ਹੈ ਤਾਂ ਉਹ 5-9 ਦਿਨ ਲੱਗਦੇ ਆ। ਇਹ ਜਿਵੇਂ ਉਹਨੇ ਕਿਹਾ ਹੈਗਾ ਕਿ ਇਹ ਸੈਕਿੰਡ ਬ੍ਰਿਜ ਹੈ, ਇਹ ਸਭ ਤੋਂ ਹਾਈਐਸਟ ਪੁਆਇੰਟ ਹੈ ਇਹਦਾ, ਜਾਂ ਕਹਿ ਲਓ ਡੀਪੈਸਟ ਪੁਆਇੰਟ ਹੈ, 160 ਫੁੱਟ ਡੂੰਘਾ ਇੱਥੇ ਇਹ ਕੈਨੀਅਨ। ਉਹ ਕਹਿੰਦਾ ਵੀ ਵਿੰਟਰ ਦੇ ਵਿੱਚ ਜਿਵੇਂ ਜਿਹੜੀ ਆਈਸ ਫਾਰਮੇਸ਼ਨ ਹੋਈ ਹੋਈ ਹੈ ਨਾ,
ਇਹ ਕਹਿੰਦਾ ਵਾਟਰਫਾਲ ਨਹੀਂ ਹੈਗੇ ਇਹ ਕਹਿੰਦਾ ਜਿਹੜੇ ਪੱਥਰਾਂ ਦੇ ਵਿੱਚੋਂ ਪਾਣੀ ਸਿਮਦਾ ਉਹ ਪਾਣੀ ਸਿਮ ਸਿਮ ਕੇ ਥੱਲੇ ਜਿਵੇਂ ਜਿਵੇਂ ਅੱਗੇ ਆਈ ਜਾਂਦਾ ਉਹ ਸਾਰੀ ਆਈਸ ਫਾਰਮੇਸ਼ਨ ਹੈ ਵੀ ਇਹ ਸਭ ਤੋਂ ਸੋਹਣੀ ਲੱਗਦੀ ਹੈ ਵਿੰਟਰ ਦੇ ਵਿੱਚ ਉਹ ਦੇਖੋ ਉੱਥੇ ਆਈਸ ਕਲਾਈਮਿੰਗ ਲਈ ਉਹ ਰੱਸੀਆਂ ਬੰਨਣ ਲੱਗੇ ਹੋਏ ਨੇ ਆ ਆਈਸ ਆ ਜਿਹੜੀ ਸਾਰੀ ਉਹਨੂੰ ਦੇਖੋ ਉਹਨਾਂ ਨੇ ਉਹ ਕਰਨਾ ਥੱਲੋਂ ਜਾ ਕੇ ਫਿਰ ਉੱਪਰ ਨੂੰ ਆਉਣਗੇ ਉਹ ਆਈਸ ਕਲਾਈਮਿੰਗ ਕਰਨ ਲੱਗਿਆ ਹੋਇਆ ਬੰਦਾ ਉਹ ਬਹੁਤ ਰਿਸਕੀ ਕੰਮ ਹੈ ਯਾ ਨਾਲ ਦਾ ਆਪਣੇ ਮੂਨਾ ਦਾ ਭਾਈ ਤਾਂ ਮੈਨੂੰ ਪੁੱਛਦਾ ਕਹਿੰਦਾ ਕਹਿੰਦਾ ਡੂ ਯੂ ਥਿੰਕ ਯੂ ਕੈਨ ਡੂ ਇਟ ਮੈਂ ਜੇ ਮੈਨੂੰ ਟ੍ਰੇਨਿੰਗ ਮਿਲ ਗਈ ਫਿਰ ਜੇ ਪੰਗਾ ਲੈ ਵੀ ਲਈਏ ਹਾਂ ਨਹੀਂ ਬਹੁਤ ਡੂੰਗਾ ਜੇ ਦਿਖ ਨਹੀਂ ਰਿਹਾ ਥੱਲੇ ਉਧਰ ਕਿੱਥੇ ਕ ਕਿੱਥੋਂ ਕ ਆਇਆ ਇਹ ਦੇਖ ਲੈ ਉਤਰਨਾ ਜਾਂ ਔਖਾ ਸੀਗਾ ਨਾ ਜਿਹੜੀ ਆਪਾਂ ਗੱਲ ਕਰਦੇ ਕੇ ਵਾਲੀ ਉਹਦੇ ਆਲੇ ਵੀ ਹੁਣ ਵੀ ਪਾਣੀ ਪੱਥਰਾਂ 'ਚ ਸਿਮ ਸਿਮ ਕੇ ਥੱਲੇ ਆ ਰਿਹਾ ਥੱਲੇ ਪਾਣੀ ਹੈਨਾ ਉਹ ਕਹਿੰਦਾ ਬਹੁਤ ਤਕੜਾ ਕੇਵ ਸਿਸਟਮ ਹੈ ਪੱਥਰਾਂ ਦੇ ਪਿੱਛੇ ਪਹਾੜਾਂ ਨਾਲ ਦੇਖੋ ਇੰਨੀ ਠੰਡ ਹੈ ਹਜੇ ਵੀ ਹੈਨਾ ਪਾਣੀ ਚੱਲ ਰਿਹਾ ਹੈ ਉਹ ਕਹਿੰਦਾ ਧਰਤੀ ਦੀ ਆਈਸੋਲੇਸ਼ਨ ਮਿਲੀ ਹੋਈ ਹੈ ਨਾ ਜਿਹੜਾ ਪਾਣੀ ਅੰਦਰ ਧਰਤੀ ਦੇ ਥੱਲੇ ਬਹੁਤ ਡੂੰਘਾ ਹੈ ਉਹ ਗਰਮ ਹੈ ਆਈਸੋਲੇਸ਼ਨ ਮਿਲੀ ਹੋਈ ਹੈ ਉਹ ਗਰਮ ਹੈ ਜਦ ਕਹਿੰਦਾ ਜਦ ਬਾਹਰ ਆਉਂਦਾ ਹੈ ਫਿਰ ਹੌਲੀ ਹੌਲੀ ਜਿਵੇਂ ਇਹ ਟੈਂਪਰੇਚਰ ਠੰਡਾ ਹੁੰਦਾ ਹੈ ਹੌਲੀ ਹੌਲੀ ਜੰਮਦਾ ਫਿਰ ਉਹ ਹੂੰ अच्छा पानी कदे भी नहीं जमदा कहिंदा जिन्नी मर्जी ठंड होवे ये जड़ा पानी है हमेशा चलदा ही रहिंदा इत्थे ਨੋ ਅੱਛਾ ਓਕੇ ਬਾਹਰ ਦਾ ਪਾਣੀ ਤੇ ਚੱਲ ਰਹੇ ਹੋ ਤੁਸੀਂ ਪੂਰਾ ਇਸ ਟਾਈਮ ਉੱਪਰ ਦੇਖੋ ਬ੍ਰਿਜ ਆਪਾਂ ਦੇਖਿਆ ਤਾਂ ਬ੍ਰਿਜ ਹਾਂ ਹਾਂ ਦੇਖੋ ਓਏ ਜਿਵੇਂ ਨਾ ਦੱਸੀ ਆਪਾਂ ਨੂੰ ਗੱਲ ਇਹ ਉਹ ਕਹਿੰਦਾ ਵੀ ਜਿਹੜਾ ਇਹ ਕੈਨੀਅਨ ਹੈ ਵੀ ਇਹ ਦੁਨੀਆ ਦੇ ਬਹੁਤ ਘੱਟ ਕੈਨੀਅਨ ਹੈ ਜਿਹੜੇ ਜਿਵੇਂ ਥੱਲਿਓਂ ਤਾਂ ਹੈਗੇ ਆ ਕਹਿੰਦਾ ਵੀ ਘੱਟ ਚੌੜੇ ਆ ਵੀ ਜਦੋਂ ਵੀ ਸ਼ੇਪ ਹੁੰਦੇ ਆ ਹਾਂ ਵੀ ਨਹੀਂ ਯੂਜੂਲੀ ਕਿਹਾ ਹੁੰਦਾ ਵੀ ਉੱਪਰੋਂ ਕੈਨੀਅਨ ਚੌੜਾ ਹੁੰਦਾ ਥੱਲੇ ਜਾਂਦਾ ਜਾਂਦਾ ਉਹਦੀ ਜਿਹੜੀ ਚੜਾਈ ਹੈ ਉਹ ਘਟੀ ਜਾਂਦੀ ਹੈ ਬਟ ਇਹ ਉਲਟ ਹੈ ਇਹ ਜਿਵੇਂ ਉੱਪਰ ਨੂੰ ਜਿਹੜੀ ਚੜਾਈ ਹੈ ਉਹ ਘੱਟ ਹੈ ਥੱਲਿਓਂ ਜ਼ਿਆਦਾ ਚੌੜਾ ਹੈ ਸੋ ਕਹਿੰਦਾ ਵੀ ਐਂ ਲੱਗਦਾ ਵੀ ਜਿਵੇਂ ਇਹ ਕੇਵ ਸਿਸਟਮ ਹੈ ਸਾਰਾ ਹਾਂ ਜਿਵੇਂ ਆਪਾਂ ਗੱਲ ਕੀਤੀ ਹੈ ਵੀ ਕੇਵ ਇਟਸ ਅਵੋਇਡ ਦ ਰੋਪਸ ਵੀਲ ਗੋ ਅਰਾਊਂਡ ਥੈਮ ਟੂ ਗੋ ਥੈਂਕਸ ਗਾਇਸ ਇਹਨੂੰ ਕਾਟਨ ਕਹਿੰਦੇ ਆ ਕਿਉਂਕਿ ਇਹਨੇ ਪੂਰੇ ਜਿਵੇਂ ਕੀ ਕਹਿੰਦਾ ਸੀ ਕੁਈਨ ਆਫ ਕਾਟਨ ਨਹੀਂ ਨਹੀਂ ਇਹ ਕਾਟਨ ਹੈ ਕੁਈਨ ਲੱਗੇ ਆ ਵੀ ਇਹ ਪਰਦਾ ਬਣ ਗਿਆ ਨਾ ਹਾਂ ਦੇ ਪਿੱਛੇ ਆ ਦੇਖ ਪਾਣੀ ਦੇਖੋ ਜੀ ਹਨਾ ਬਾਰੋ ਬਾਰੀ ਗਿਰ ਗਿਆ ਸਾਰਾ ਦੀ ਝੱਲਰ ਜੀ ਬਣ ਗਈ ਇੱਧਰ ਦੇਖ ਪਿੱਛੇ ਗੁਫਾ ਰਹਿ ਗਈ ਹਾਂ ਤਾਂ ਇਹ ਤਾਂ ਉਹਨਾਂ ਕਾਟਨ ਹੈ ਇਹ ਦੇਖੋ ਬੱਤ ਕਰ ਕੇ ਦੇਖੀ ਜੋ ਪਾਉਂਦਾ ਪੈਰ ਤਿਲਕਦਾ ਗਾ ਦੇ ਮੇਖਾਂ ਨਾਲ ਵੀ ਜਾ ਰਿਹਾ ਪਿੱਛੇ ਨੂੰ ਉਹ ਕਹਿੰਦਾ ਇਹ ਵਾਲੀ ਜਿਹੜੀ ਬਰਫ ਹੈ ਇਹ ਪਿਘਲਦੀ ਨਹੀਂ ਹੈ ਇੱਕਦਮ ਹੀ ਗਿਰ ਜਾਂਦੀ ਹੈ ਤੇ ਆ ਜਿਹੜੀ ਦੂਜੀ ਖੱਬੇ ਪਾਸੇ ਆ ਇਹ ਹੌਲੀ ਹੌਲੀ ਪਿਘਲਦੀ ਹੈ ਹਾਂਜੀ ਅੰਦਰ ਜਾਣਾ ਥੱਲੇ ਆ ਕੇ ਦੇਖੋ ਓਹਦੇ ਵਿਚ ਨੂੰ ਸ਼ੇਪ ਦੇਖ ਲੈਣਾ ਕਿਵੇਂ ਬਣਾਈ ਆ ਆਵਾਜ਼ ਗੂੰਜਦੀ ਆ ਦੇਖ ਲੈ
ਕਿਉਂਕਿ ਉੱਪਰ ਨੂੰ ਨਹਿਰ ਹੋ ਗਿਆ ਨਾ ਦੇਖ ਕੇ ਨਾ ਹਾਂ ਦੋ ਝਰਨਾ ਤੇ ਆਦੇ ਜਿਵੇਂ ਥੱਲੇ ਪਾਣੀ ਹੈ ਨਾ ਇਹ ਕਦੇ ਜਿਵੇਂ ਜਿਹੜਾ ਸੌਫਟ ਹੋ ਜਾਂਦਾ ਪੂਰੇ ਦਾ ਪੂਰਾ ਇਦਾਂ ਚੰਕੀ ਵਿੱਚ ਹੀ ਧਸ ਜਾਂਦਾ ਉਹ ਅੱਗੇ ਇਦਾਂ ਹੀ ਆ ਹਜੇ ਬੜਾ ਧਿਆਨ ਨਾਲ ਜਾਣਾ ਪੈਣਾ ਹਾਂ ਪਾਵਲੇ ਦੇਖੋ ਜਿਹੜਾ ਉਹ ਕਹਿੰਦੇ ਸੀ ਨਾ ਕੇਵ ਸਿਸਟਮ ਆ ਦੇਖੋ ਨਾ ਸਾਰੇ ਦਾ ਸਾਰਾ ਪੱਥਰ ਆ ਜਿਹੜਾ ਐਂ ਪਿਆ ਹਨਾ ਉਹਦੇ ਵਿੱਚੋਂ ਪਾਣੀ ਆ ਰਿਹਾ ਦੇਖੋ ਉਹਦੇ ਇਦਾਂ ਹੀ ਕੇਵਸ ਬਣੀਆਂ ਹੋਈਆਂ ਨੇ ਇਹਦੇ ਅੰਦਰ ਅੰਦਰ ਕੁਝ ਨਹੀਂ ਪਤਾ ਉਹ ਕਹਿੰਦੇ ਕਿੱਧਰੋਂ ਆ ਰਿਹਾ ਕਿੱਧਰੋਂ ਨਹੀਂ ਆ ਰਿਹਾ ਆ ਦੇ ਹੁਣ ਸਿਰਫ ਹਾਂ ਇੰਨਾ ਕੀ ਆ ਦੇਖ ਇਹ ਹਾਂ ਇਹਦੇ ਪਿੱਛੋਂ ਦੀ ਵੀ ਰਾਹ ਬਣਿਆ ਹੋਇਆ ਹਨਾ ਚਲੋ ਚਲੋ ਤੁਸੀਂ ਇਹ ਚਲੋ ਉਧਰ ਦੀ ਮਿਲਦੇ ਆ ਤੁਹਾਨੂੰ ਲੈ ਬਾਰਡਰ ਜ਼ਰਾ ਲਵਾਤਾ ਬਾਈ ਅੱਗੇ ਜਿਵੇਂ ਉਹ ਆਪਾਂ ਦੇਖੀਆਂ ਸੀਗੀਆਂ ਸਲੈਬਸ ਵਗੈਰਾ ਨਾ ਉਹ ਗਿਰੀਆਂ ਹੋਈਆਂ ਸੀਗੀਆਂ ਪਾਣੀ ਦੀਆਂ ਸੋ ਅੱਗੇ ਇਹਨਾਂ ਨੂੰ ਲੱਗਿਆ ਕਿ ਅਨਸੇਫ ਹੈ ਅੱਗੇ ਨਹੀਂ ਲੈ ਕੇ ਗਏ ਬੱਚੂ ਜੀ ਕਿਤੇ ਆਪਾਂ ਦੇਖਿਆ ਨੀ ਪੀਸ ਉੱਪਰ ਦੇ ਗਿਰੇ ਵੀ ਜਿੱਕਣ ਬਰਫ ਦੇ ਪਾਣੀ ਬਰਫ ਗਿਰੀ ਹੋਈ ਸੀਗੀ ਮੈਂ ਉਹਨੂੰ ਕਨਫਰਮ ਕੀਤਾ ਮੈਂ ਕਿਹਾ ਇੱਥੇ ਤੱਕ ਹੀ ਲੈ ਕੇ ਜਾਂਦੇ ਹੁੰਦੇ ਹੋ ਉਹ ਕਹਿੰਦੀ ਯੂਜ਼ਲੀ ਇੱਥੇ ਤੱਕ ਹੀ ਹੁੰਦੀ ਆ ਵੀ ਤੁਸੀਂ ਲੱਕੀ ਹੈਗੇ ਠੰਡ ਹੈਗੀ ਸੀਗੀ ਤਾਂ ਇੱਥੇ ਤੱਕ ਆ ਗਏ ਆਪਾਂ ਕਿਉਂਕਿ ਉਹ ਤੋਂ ਬਾਅਦ ਜਿਹੜੀ ਆਈਸ ਹੈ 6 ਮੀਟਰ ਦੀ ਥਿੱਕ ਆਈਸ ਹੈ ਤੇ ਉਹ ਹਰ ਸਾਲ ਕਹਿੰਦੇ ਟੁੱਟਦੀ ਆ ਉਹ 6 ਮੀਟਰ ਦਾ ਡ੍ਰੌਪ ਹੈ ਪੂਰੇ ਦਾ ਪੂਰਾ ਸਲੈਬ ਹੀ ਗਿਰਦਾ ਫਿਰ ਪਤਾ ਨਹੀਂ ਕਿਤੇ ਇਸੇ ਚੱਕਰ ਪੈਂਦਾ ਨਾ ਹਾਂ ਵੀਡੀਓ ਸਾਹਮਣੇ ਦਿਖਦੀ ਹੈ ਨਾ ਵਾਟਾਂ ਦੀ ਸਲੈਬ ਜਿਹੜੀ ਬਰਫੀ ਲੱਗੀ ਵੀ ਅੰਦਰ ਤੋਂ ਕਹਿੰਦਾ ਉਹ ਬਾਹਰ ਨੇਰ ਹੈ ਜਿਵੇਂ ਕੀ ਸਿਸਟਮ ਹੈ ਉਹਦੇ ਵਿੱਚੋਂ ਬਾਹਰ ਨੇਰ ਨਿਕਲਦੀ ਹੈ ਉਹ ਬਾਹਰ ਆਉਂਦੀ ਹੈ ਉਹ ਐ ਜਾ ਰਹੀ ਹੈ ਉਹ ਪਾਣੀ ਜਿਹੜਾ ਹਵਾ ਦੇ ਅਸੀਂ ਹੋਲ ਹੈ ਇੱਥੇ ਹਨਾ ਵਿੱਚ ਹਾਂ ਆਦੇ ਜਿਵੇਂ ਹਾਂ ਵਿੱਚ ਨੂੰ ਦੇਖਦੇ ਆ ਉਹ ਬੜੇ ਬੜੇ ਦੋ ਹੋਲ ਜੇ ਖੋਲੇਗਾ ਹਾਂ ਹੋਇਆ ਅਦਰ ਬਾਈ ਦੇਖਦੇ ਆਲੇ ਜਾਲੇ ਕੁਝ ਨਹੀਂ ਹੈਗਾ ਹਾਂ ਉਹਨੇ ਕੇ ਏਰੀਆ ਜੀ ਉਹਨੇ ਕੇ ਏਰੀਆ ਜੇ ਜੋ ਉੱਥੋਂ ਪਿੱਛੋਂ ਆਈ ਜਾਂਦੀ ਹੈ ਉਹ ਕਹਿੰਦਾ ਪਿੱਛੋਂ ਜਿਹੜੀ ਹਵਾ ਆ ਰਹੀ ਉਹ ਬਾਹਰ ਆ ਕੇ ਜੰਮ ਰਹੀ ਹੈ ਫਿਰ ਉਹ ਜਿਸ ਤੇ ਆ ਦੇਖੋ ਨਾ ਪੱਥਰਾਂ ਦੀਆਂ ਜਿਵੇਂ ਆਪਣੀਆਂ ਲੇਅਰਾਂ ਨੇ ਗੀਆਂ ਹਾਂ ਹਨਾ ਦੇਖ ਯਾ So what does it like these layers mean? Like these are like the cracks or the layers of the stone or the limestone? Yeah, it's just the way that the limestone forms. Oh, this is a limestone form. Limestone at the end, right? Yeah, layers. The colors on it are different types of lichens. Oh, okay. Yeah. ਜਿੱਥੋਂ ਆਪਾਂ ਨੇ ਸ਼ੁਰੂ ਕਰਿਆ ਤਾਂ ਤੇ ਕਹਿੰਦਾ ਆਪਾਂ ਉਹਦੇ ਆਪੋਜ਼ਿਟ ਡਾਇਰੈਕਸ਼ਨ ਵਿੱਚ ਚੱਲਦੇ ਆ ਬ੍ਰਿਜ ਫਾਈ ਕਿੰਨੀ ਨੂੰ ਵੀ ਯੂਜ਼ਲੀ ਫਿਰ ਕਹਿੰਦਾ ਆਪਾਂ ਉੱਥੋਂ ਵਾਪਸ ਜਾ ਕੇ ਉੱਥੇ ਆਪਣੀ ਜਿਹੜੀ ਬੱਸ ਆ ਕੇ ਖੜੀ ਹੋਊਗੀ ਯੂਜ਼ਲੀ ਇਟ ਇਸ ਬੇਸਡ ਔਨ ਟੈਂਪਰੇਚਰ ਬਟ ਵੀ ਨੈਵਰ ਰੀਲੀ ਨੋ ਆ ਵੀ ਉਹ ਵੀ ਦੇਖ ਰਹੀ ਉਹ ਭਾਫ ਵਾਲੀ ਗੱਲ ਦੱਸਦਾ ਤਾਂ ਹੋ ਨਾ ਉਹ ਕਹਿੰਦਾ ਆ ਜਿਹੜੀ ਕੇਵ ਬਣੀ ਹੋਈ ਹੈ ਇੱਥੇ ਦੇਖ ਨਿੱਗ ਵੀ ਹੈਗਾ ਉਹ ਯੂਜ਼ਲੀ ਕਹਿੰਦਾ ਵਾਰਮਰ ਹੈ ਉਹਦੇ ਉੱਪਰੋਂ ਪਾਣੀ ਤੋਂ ਕੇ ਗਿਰ ਕੇ ਹਾਂ ਆ ਦੇਖ ਉੱਪਰ ਨੂੰ ਦੇਖੋ ਹੋਰ ਕਿਹਾ ਸੁਣੇ ਕ੍ਰਿਸਟਲ ਜਿਹਾ ਬਣੀ ਹੈ ਨਾ ਇਹ ਦੇਖੇ ਦੇ ਐਂ ਪਹਾੜਾਂ ਚੋਂ ਭਾਫ ਨਿਕਲ ਰਹੀ ਹੈ ਨਾ ਦੇਰ ਇਸ ਦਿਸ ਲਿਟਲ ਗਲੀ ਹੇਅਰ ਯੂ ਜਸਟ ਵਾਂਟ ਟੂ ਟ੍ਰਾਈ ਅਵੋਇਡ ਦੈਟ ਸੋ ਰੀਲੀ ਰੀਚ ਅਕ੍ਰੋਸ ਬਟ ਗ੍ਰੈਬ ਔਨ ਟੂ ਦੈਟ ਟ੍ਰੀ ਆਈ ਡੈਫਿਨਿਟਲੀ ਰეკਮੈਂਡ ਹੈਲਪਿੰਗ ਦ ਪਰਸਨ ਬਿਹਾਈਂਡ ਯੂ Just help me them make that jump. It's just mostly moral support. So help them across. Thank you. ਕਾਸੀ ਲੱਗਦਾ ਸੀ ਨਾ ਦੇਖਣ ਨੂੰ ਤਾਂ ਲੱਗਦਾ ਸੀ ਐਵੇਂ ਹੀ ਆ ਹੈਗਾ ਖਾਸਾ ਚਾਹ ਸਭ ਵੱਡਾ ਸਭ ਹੋ ਜਾਂਦਾ ਹਾਂ ਕੈਨੀਅਨ ਦੇ ਵਿੱਚ ਅੱਗੇ ਇੱਕ ਹੋਰ ਵਾਟਰਫਾਲ ਆਉਂਦੇ ਨੇ ਇਹ ਵੀ ਉਹੀ ਕੇਵ ਨੈਟਵਰਕ ਦਾ ਹੀ ਹਿੱਸਾ ਹੈ ਇਹ ਜਿਵੇਂ ਇਥੋਂ ਧਰਤੀ ਦੇ ਵਿੱਚੋਂ ਹੀ ਇਦਾਂ ਹੀ ਪਾਣੀ ਨਿਕਲਦਾ ਹੈਗਾ ਤੇ ਇਹੀ ਪਾਣੀ ਅੱਗੇ ਜਾ ਕੇ ਇਦਾਂ ਹੀ ਅੰਡਰਗਰਾਉਂਡ ਡਿਸਅਪੀਅਰ ਹੋ ਜਾਂਦਾ ਤੇ ਅਥਾਬਾਸਕਾ ਰਿਵਰ ਦੇ ਵਿੱਚ ਜਾ ਕੇ ਕਨੈਕਟ ਕਰਦਾ ਸੋ ਬਾਕੀ ਦਾ ਆਪਣਾ ਜਿਹੜਾ ਹੁਣ ਟੂਰ ਆ ਉਹ ਇਦਾਂ ਰਿਵਰ ਦੇ ਨਾਲ ਨਾਲ ਹੀ ਚੱਲਣਾ ਇਹ ਰਿਵਰ ਦੀ ਉਹ ਗੱਲ ਕਰਦਾ ਸੀਗਾ ਕਿ ਫਾਰ ਸਮ ਰੀਜ਼ਨ ਇਹ ਜਿਹੜਾ ਦਰਿਆ ਇੱਥੇ ਆ ਕੇ ਇਹ ਕਦੇ ਵੀ ਫ੍ਰੀਜ਼ ਨਹੀਂ ਕਰਦਾ ਹਲੇ ਬਿਲਕੁਲ ਥੋੜਾ ਥੋੜਾ ਪਾਣੀ ਆ ਪਰ ਇਦਾਂ ਹੀ ਚੱਲਦਾ ਰਹਿੰਦਾ ਇਹ ਸੋ ਇਹ ਸੀਗਾ ਜੀ ਆਪਣਾ ਅੱਜ ਦਾ ਮਲੀਨ ਕੈਨੀਅਨ ਆਈਸ ਵਾਕ ਦਾ ਟੂਰ ਪਰਸੂਟ ਕੰਪਨੀ ਤੋਂ ਆਪਾਂ ਟੂਰ ਕੀਤਾ ਸੀਗਾ ਬੁੱਕ ਇਹ ਤੇ ਆਪਾਂ ਹੁਣ ਬਸ ਖਤਮ ਕਰਨ ਲੱਗੇ ਹਾਂ ਸਾਹਮਣੇ ਆ ਗਿਆ ਆਪਣਾ 5th ਬ੍ਰਿਜ ਤੇ ਉਹ ਖੜੀ ਆ ਆਪਣੀ ਟੂਰ ਬੱਸ ਹੁਣ ਆਪਾਂ ਬੱਸ ਦੇ ਵਿੱਚ ਬੈਠ ਕੇ ਵਾਪਸ ਉੱਥੇ ਬਿਲਡਿੰਗ ਦੇ ਵਿੱਚ ਜਾ ਕੇ ਜਿਹੜਾ ਰੈਪ ਅਪ ਕਰਾਂਗੇ ਤੇ ਇਹ ਤੋਂ ਬਾਅਦ ਆਪਾਂ ਇੱਕ ਬਿਲਕੁਲ ਨਵੀਂ ਜਿਹੜੀ ਰੋਡ ਟ੍ਰਿਪ ਦੀ ਸੀਰੀਜ਼ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਅਗਲੇ ਹਫ਼ਤੇ ਆਪਾਂ ਨੂੰ ਉਮੀਦ ਹੈਗੀ ਆ ਕਿ ਰਿਲੀਜ਼ ਕਰਾਂਗੇ USA ਰੋਡ ਟ੍ਰਿਪ ਸੋ ਜਿਨ੍ਹਾਂ ਨੇ ਚੈਨਲ ਹਜੇ ਸਬਸਕ੍ਰਾਈਬ ਨਹੀਂ ਕੀਤਾ ਵੀਰਾਂ ਨੇ ਉਹ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਇੱਦਾਂ ਹੀ ਕੋਈ ਨਵੀਂ ਵੀਡੀਓ ਦੇ ਨਾਲ ਫਿਰ ਮਿਲਦੇ ਹਾਂ ਸਤਿ ਸ਼੍ਰੀ ਅਕਾਲ ਰੱਬ ਰਾਖਾ